ਚੋਰੀ ਦੀ ਇੱਕ ਹੈਰਾਨ ਕਰ ਦੇਣ ਵਾਲੀ ਵੀਡੀਓ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ, ਜਿਸ ਦੇ ਵਿੱਚ ਪੁਲਿਸ ਦੀ ਗੱਡੀ ਵੀ ਨਜ਼ਰ ਆ ਰਹੀ ਹੈ, ਲੋਕ ਵੀ ਖੜੇ ਹੋਏ ਨੇ ਤੇ ਪੁਲਿਸ ਨੂੰ ਤੇ ਲੋਕਾਂ ਨੂੰ ਚਕਮਾ ਦੇ ਕੇ ਚੋਰ ਫਰਾਰ ਹੋ ਚੁੱਕਿਆ ਹੈ। ਤੇ ਹੈਰਾਨ ਕਰ ਦੇਣ ਵਾਲੀ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ, ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਦੋਂ ਲੋਕ ਉਸ ਤੋਂ ਬਾਅਦ ਆਪਣੇ ਘਰਾਂ ਦੇ ਵਿੱਚ ਵੜ ਜਾਂਦੇ ਨੇ, ਪੁਲਿਸ ਉੱਥੋਂ ਚਲੇ ਜਾਂਦੀ ਹੈ ਤਾਂ ਉਹ ਚੋਰ ਮੁੜ ਤੋਂ ਕੱਪੜੇ ਬਦਲ ਕੇ ਉਸੇ ਹੀ ਘਰ ਦੇ ਵਿੱਚ ਦਾਖਲ ਹੁੰਦਾ ਤੇ ਉਸਦੇ ਵੱਲੋਂ ਚੋਰੀ ਕੀਤਾ ਹੋਇਆ ਸਮਾਨ ਆਪਣੇ ਨਾਲ ਲਿਜਾਇਆ ਜਾਂਦਾ। ਉੱਥੇ ਦੱਸਦੀ ਕਿ ਇਹ ਘਟਨਾ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਐਵੇਨਿਊ ਦੀ ਦੱਸੀ ਜਾ ਰਹੀ ਹੈ, ਜਿੱਥੇ ਕਿ ਪੌਸ਼ ਇਲਾਕੇ ਦੇ ਵਿੱਚ ਤੜਕਸਾਰ ਇਹ ਘਟਨਾ ਵਾਪਰੀ ਹੈ। ਇੱਕ ਚੋਰ ਇੱਕ ਘਰ ਦੇ ਅੰਦਰ ਦਾਖਲ ਹੁੰਦਾ, ਕੰਧ ਟੱਪ ਕੇ ਉਹ ਰਿਟਾਇਰਡ ਟੀਚਰ ਦੇ ਘਰ ਦੇ ਵਿੱਚ ਦਾਖਲ ਹੋਇਆ ਸੀ, ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਆਂਢੀਆਂ ਗੁਆਂਢੀਆਂ ਦੇ ਵੱਲੋਂ ਰੌਲਾ ਪਾਇਆ ਜਾਂਦਾ, ਪੁਲਿਸ ਨੂੰ ਫੋਨ ਕੀਤਾ ਜਾਂਦਾ। ਜਦੋਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚਦੇ ਆ ਤਾਂ ਚੋਰੇ ਗੇਟ ਟੱਪ ਕੇ ਫਰਾਰ ਹੋ ਜਾਂਦਾ। ਗੇਟ ਟੱਪਣ ਦੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਜਦੋਂ ਚੋਰ ਗੇਟ ਦੇ ਉੱਪਰ ਖੜਾ ਹੁੰਦਾ, ਕੰਧ ਦੇ ਉੱਪਰ ਖੜਿਆ ਹੁੰਦਾ ਤਾਂ ਲੋਕ ਉਹਨੂੰ ਰੋਕਦੇ ਹੋਏ ਨਜ਼ਰ ਆ ਰਹੇ ਨੇ ਤੇ ਇਹਨੇ ਦੇ ਵਿੱਚ ਹੀ ਉਸਦੇ ਵੱਲੋਂ ਚਕਮਾ ਦਿੱਤਾ ਜਾਂਦਾ। ਇੱਕ ਵਿਅਕਤੀ ਨੂੰ ਧੱਕਾ ਵੀ ਦਿੱਤਾ ਗਿਆ ਜੋ ਕਿ ਉਸੇ ਹੀ ਸੜਕ ਦੇ ਉੱਪਰ ਡਿੱਗ ਜਾਂਦਾ ਤੇ ਚੋਰ ਉੱਥੋਂ ਦੀ ਫਰਾਰ ਹੋ ਜਾਂਦਾ। ਹਾਲਾਂਕਿ ਲੋਕ ਉਸਦੇ ਮਗਰ ਭੱਜਣ ਦੀ ਕੋਸ਼ਿਸ਼ ਵੀ ਕਰਦੇ ਨੇ ਪਰ ਚੋਰ ਭੱਜਣ ਦੇ ਵਿੱਚ ਸਫਲ ਹੁੰਦਾ। ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਕੁਝ ਸਮੇਂ ਬਾਅਦ ਜਦੋਂ ਪੁਲਿਸ ਦੀ ਗੱਡੀ ਉੱਥੋਂ ਚਲੇ ਜਾਂਦੀ ਹੈ, ਲੋਕ ਉੱਥੋਂ ਚਲੇ ਜਾਂਦੇ ਨੇ ਆਪਣੇ ਆਪਣੇ ਘਰਾਂ ਦੇ ਵਿੱਚ, ਜਿਸ ਤੋਂ ਬਾਅਦ ਚੋਰ ਕੱਪੜੇ ਬਦਲ ਕੇ ਮੁੜ ਤੋਂ ਦਾਖਲ ਹੁੰਦਾ, ਉਸਦੇ ਵੱਲੋਂ ਉਸੇ ਹੀ ਘਰ ਦੇ ਵਿੱਚ ਜਾਇਆ ਜਾਂਦਾ ਜੋ ਸਮਾਨ ਚੋਰੀ ਕਰਨ ਦੇ ਲਈ ਉਸਨੇ ਇਕੱਠਾ ਕੀਤਾ ਸੀ, ਉਹ ਸਾਰਾ ਸਮਾਨ ਲੈ ਕੇ ਉੱਥੋਂ ਦੀ ਫਰਾਰ ਹੋ ਗਿਆ। ਉਸ ਤੋਂ ਬਾਅਦ ਵੀ ਜਿਹੜੇ ਨੇ ਆਲੇ ਦੁਆਲੇ ਦੇ ਜਿਹੜੇ ਗੁਆਂਢੀ ਹੁੰਦੇ ਨੇ ਉਹਨਾਂ ਨੂੰ ਪਤਾ ਲੱਗਦਾ, ਉਸਨੂੰ ਚੋਰ ਦੀ ਫੜਨ ਦੀ ਕੋਸ਼ਿਸ਼ ਕਰਦੇ ਨੇ ਪਰ ਚੋਰ ਭੱਜਣ ਦੇ ਵਿੱਚ ਫਰਾਰ ਹੋਇਆ। ਦੱਸੇ ਕਿ ਹੈਰਾਨ ਕਰ ਦੇਣ ਵਾਲੀ ਘਟਨਾ ਜਿਹੜੀ ਹੈ ਸਾਹਮਣੇ ਆ ਰਹੀ ਹੈ, ਜਿੱਥੇ ਪਹਿਲਾਂ ਚੋਰ ਨੇ ਪੁਲਿਸ ਨੂੰ ਚਕਮਾ ਦਿੱਤਾ, ਲੋਕਾਂ ਨੂੰ ਚਕਮਾ ਦਿੱਤਾ, ਜਿਸ ਤੋਂ ਬਾਅਦ ਮੁੜ ਤੋਂ ਕੱਪੜੇ ਬਦਲ ਕੇ ਉਸੇ ਹੀ ਘਰ ਦੇ ਵਿੱਚ ਦਾਖਲ ਹੋਇਆ ਤੇ ਚੋਰੀ ਕਰਕੇ ਚੋਰ ਫਰਾਰ ਹੋ ਚੁੱਕਿਆ। ਚੋਰੀ ਦੀ ਇੱਕ ਹੈਰਾਨ ਕਰ ਦੇਣ ਵਾਲੀ ਵੀਡੀਓ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ, ਜਿਸ ਦੇ ਵਿੱਚ ਪੁਲਿਸ ਦੀ ਗੱਡੀ ਵੀ ਨਜ਼ਰ ਆ ਰਹੀ ਹੈ, ਲੋਕ ਵੀ ਖੜੇ ਹੋਏ ਨੇ ਤੇ ਪੁਲਿਸ ਨੂੰ ਤੇ ਲੋਕਾਂ ਨੂੰ ਚਕਮਾ ਦੇ ਕੇ ਚੋਰ ਫਰਾਰ ਹੋ ਚੁੱਕਿਆ। ਤੇ ਹੈਰਾਨ ਕਰ ਦੇਣ ਵਾਲੀ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ, ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਦੋਂ ਲੋਕ ਉਸ ਤੋਂ ਬਾਅਦ ਆਪਣੇ ਘਰਾਂ ਦੇ ਵਿੱਚ ਵੜ ਜਾਂਦੇ ਨੇ, ਪੁਲਿਸ ਉੱਥੋਂ ਚਲੇ ਜਾਂਦੀ ਹੈ ਤਾਂ ਉਹ ਚੋਰ ਮੁੜ ਤੋਂ ਕੱਪੜੇ ਬਦਲ ਕੇ ਉਸੇ ਹੀ ਘਰ ਦੇ ਵਿੱਚ ਦਾਖਲ ਹੁੰਦਾ ਤੇ ਉਸਦੇ ਵੱਲੋਂ ਚੋਰੀ ਕੀਤਾ ਹੋਇਆ ਸਮਾਨ ਆਪਣੇ ਨਾਲ ਲਿਜਾਇਆ ਜਾਂਦਾ। ਉੱਥੇ ਦੱਸਦੀ ਕਿ ਇਹ ਘਟਨਾ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਐਵੇਨਿਊ ਦੀ ਦੱਸੀ ਜਾ ਰਹੀ ਹੈ, ਜਿੱਥੇ ਕਿ ਪੌਸ਼ ਇਲਾਕੇ ਦੇ ਵਿੱਚ ਤੜਕਸਾਰ ਇਹ ਘਟਨਾ ਵਾਪਰੀ ਹੈ। ਇੱਕ ਚੋਰ ਇੱਕ ਘਰ ਦੇ ਅੰਦਰ ਦਾਖਲ ਹੁੰਦਾ, ਕੰਧ ਟੱਪ ਕੇ ਉਹ ਰਿਟਾਇਰਡ ਟੀਚਰ ਦੇ ਘਰ ਦੇ ਵਿੱਚ ਦਾਖਲ ਹੋਇਆ ਸੀ, ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਆਂਢੀਆਂ ਗੁਆਂਢੀਆਂ ਦੇ ਵੱਲੋਂ ਰੌਲਾ ਪਾਇਆ ਜਾਂਦਾ, ਪੁਲਿਸ ਨੂੰ ਫੋਨ ਕੀਤਾ ਜਾਂਦਾ। ਜਦੋਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚਦੇ ਆ ਤਾਂ ਚੋਰੇ ਗੇਟ ਟੱਪ ਕੇ ਫਰਾਰ ਹੋ ਜਾਂਦਾ। ਗੇਟ ਟੱਪਣ ਦੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਜਦੋਂ ਚੋਰ ਗੇਟ ਦੇ ਉੱਪਰ ਖੜਾ ਹੁੰਦਾ, ਕੰਧ ਦੇ ਉੱਪਰ ਖੜਿਆ ਹੁੰਦਾ ਤਾਂ ਲੋਕ ਉਹਨੂੰ ਰੋਕਦੇ ਹੋਏ ਨਜ਼ਰ ਆ ਰਹੇ ਨੇ ਤੇ ਇਹਨੇ ਦੇ ਵਿੱਚ ਹੀ ਉਸਦੇ ਵੱਲੋਂ ਚਕਮਾ ਦਿੱਤਾ ਜਾਂਦਾ। ਇੱਕ ਵਿਅਕਤੀ ਨੂੰ ਧੱਕਾ ਵੀ ਦਿੱਤਾ ਗਿਆ ਜੋ ਕਿ ਉਸੇ ਹੀ ਸੜਕ ਦੇ ਉੱਪਰ ਡਿੱਗ ਜਾਂਦਾ ਤੇ ਚੋਰ ਉੱਥੋਂ ਦੀ ਫਰਾਰ ਹੋ ਜਾਂਦਾ। ਹਾਲਾਂਕਿ ਲੋਕ ਉਸਦੇ ਮਗਰ ਭੱਜਣ ਦੀ ਕੋਸ਼ਿਸ਼ ਵੀ ਕਰਦੇ ਨੇ ਪਰ ਚੋਰ ਭੱਜਣ ਦੇ ਵਿੱਚ ਸਫਲ ਹੁੰਦਾ। ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਕੁਝ ਸਮੇਂ ਬਾਅਦ ਜਦੋਂ ਪੁਲਿਸ ਦੀ ਗੱਡੀ ਉੱਥੋਂ ਚਲੇ ਜਾਂਦੀ ਹੈ, ਲੋਕ ਉੱਥੋਂ ਚਲੇ ਜਾਂਦੇ ਨੇ ਆਪਣੇ ਆਪਣੇ ਘਰਾਂ ਦੇ ਵਿੱਚ, ਜਿਸ ਤੋਂ ਬਾਅਦ ਚੋਰ ਕੱਪੜੇ ਬਦਲ ਕੇ ਮੁੜ ਤੋਂ ਦਾਖਲ ਹੁੰਦਾ, ਉਸਦੇ ਵੱਲੋਂ ਉਸੇ ਹੀ ਘਰ ਦੇ ਵਿੱਚ ਜਾਇਆ ਜਾਂਦਾ ਜੋ ਸਮਾਨ ਚੋਰੀ ਕਰਨ ਦੇ ਲਈ ਉਸਨੇ ਇਕੱਠਾ ਕੀਤਾ ਸੀ, ਉਹ ਸਾਰਾ ਸਮਾਨ ਲੈ ਕੇ ਉੱਥੋਂ ਦੀ ਫਰਾਰ ਹੋ ਗਿਆ। ਉਸ ਤੋਂ ਬਾਅਦ ਵੀ ਜਿਹੜੇ ਨੇ ਆਲੇ ਦੁਆਲੇ ਦੇ ਜਿਹੜੇ ਗੁਆਂਢੀ ਹੁੰਦੇ ਨੇ ਉਹਨਾਂ ਨੂੰ ਪਤਾ ਲੱਗਦਾ, ਉਸਨੂੰ ਚੋਰ ਦੀ ਫੜਨ ਦੀ ਕੋਸ਼ਿਸ਼ ਕਰਦੇ ਨੇ ਪਰ ਚੋਰ ਭੱਜਣ ਦੇ ਵਿੱਚ ਫਰਾਰ ਹੋਇਆ। ਦੱਸੇ ਕਿ ਹੈਰਾਨ ਕਰ ਦੇਣ ਵਾਲੀ ਘਟਨਾ ਜਿਹੜੀ ਹੈ ਸਾਹਮਣੇ ਆ ਰਹੀ ਹੈ, ਜਿੱਥੇ ਪਹਿਲਾਂ ਚੋਰ ਨੇ ਪੁਲਿਸ ਨੂੰ ਚਕਮਾ ਦਿੱਤਾ, ਲੋਕਾਂ ਨੂੰ ਚਕਮਾ ਦਿੱਤਾ, ਜਿਸ ਤੋਂ ਬਾਅਦ ਮੁੜ ਤੋਂ ਕੱਪੜੇ ਬਦਲ ਕੇ ਉਸੇ ਹੀ ਘਰ ਦੇ ਵਿੱਚ ਦਾਖਲ ਹੋਇਆ ਤੇ ਚੋਰੀ ਕਰਕੇ ਚੋਰ ਫਰਾਰ ਹੋ ਚੁੱਕਿਆ ਹੈ।